ਦੇਖੋ ਜੀ, ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਇੱਕ ਨਵਰਾਤਿਆਂ ਦਾ ਵੀ ਤਿਉਹਾਰ ਦੀ ਅੱਜ ਸ਼ੁਰੂਆਤ ਹੋਈ ਹੈ। ਤੁਸੀਂ ਦੇਖਿਆ ਮੰਦਰਾਂ ਦੇ ਵਿੱਚ ਰੌਣਕਾਂ ਨੇ, ਔਰ ਜਿੱਥੇ ਅੱਜ ਦੁਸਹਿਰੇ ਦੀ ਜਿਹੜੀ ਪਹਿਲੀ ਰਾਮਲੀਲਾ ਦੀ ਪਹਿਲੀ ਨਾਈਟ ਦਾ ਅੱਜ ਉਦਘਾਟਨ ਕਰਨ ਵਾਸਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਦੇ ਨਾਲ ਪਹੁੰਚੇ ਹਾਂ, ਕਿਉਂਕਿ ਤੁਸੀਂ ਦੇਖਿਆ ਕਿ ਸਰਵਣ ਦਾ ਰੋਲ ਤੁਸੀਂ ਹੁਣੇ ਦੇਖ ਰਹੇ ਸੀ ਬਖੂਬੀ, ਕਿ ਕਿਸ ਤਰ੍ਹਾਂ ਆਪਣੇ ਅੰਧੇ ਮਾਂ ਬਾਪ ਦੀ ਜਿਹੜੀ ਉਹ ਸੇਵਾ ਕਰਨ ਦਾ ਜਿਹੜਾ ਪ੍ਰਣ ਉਸ ਵੀਰ ਨੇ ਲਿਆ। ਆਪਾਂ ਇਸ ਤੋਂ ਸਾਨੂੰ ਰਾਮਲੀਲਾ ਤੋਂ ਸਿੱਖਿਆ ਔਰ ਸੇਧ ਲੈ ਕੇ ਸਾਨੂੰ ਚੱਲਣਾ ਚਾਹੀਦਾ ਤਾਂ ਜੋ ਅਸੀਂ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕੀਏ। ਸਾਡੀ ਅੱਜ ਦੀ ਪਹਿਲੀ ਨਾਈਟ ਸ਼ਰਵਣ ਨਾਈਟ, ਜੋ ਕਿ ਇਹ ਸਿੱਖਿਆ ਦਿੰਦੀ ਹੈ ਕਿ ਔਲਾਦ ਨੂੰ ਮਾਂ ਪਿਓ ਦੇ ਪ੍ਰਤੀ ਕਿਸ ਤਰ੍ਹਾਂ ਸਮਰਪਿਤ ਹੋਣਾ ਚਾਹੀਦਾ ਹੈ, ਉਹਨਾਂ ਕਿਸ ਤਰ੍ਹਾਂ ਆਗਿਆਕਾਰੀ ਹੋਣਾ ਚਾਹੀਦਾ ਹੈ। ਅਗਰ ਸਮਾਜ ਦੇ 100 ਆਦਮੀਆਂ ਵਿੱਚੋਂ 15 ਆਦਮੀ ਵੀ ਸ਼ਰਵਣ ਦੇ ਰਾਹ ਦੇ ਚੱਲ ਪੈਣ ਤੇ 100 ਘਰਾਂ ਜੋ 15 ਘਰ ਸ਼ਰਵਣ ਦੇ ਘਰ ਬਣ ਜਾਣਗੇ, ਤਾਂ ਮੈਂ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਆਓ ਰਾਮਲੀਲਾ ਦੇ ਹਰ ਪਾਤਰ ਤੋਂ ਕੁਛ ਨਾ ਕੁਛ ਸਿੱਖਿਆ ਲਈਏ। ਜੈ ਸ਼੍ਰੀ ਰਾਮ। ਦੇਖੋ ਜੀ, ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਇੱਕ ਨਵਰਾਤਿਆਂ ਦਾ ਵੀ ਤਿਉਹਾਰ ਦੀ ਅੱਜ ਸ਼ੁਰੂਆਤ ਹੋਈ ਹੈ। ਤੁਸੀਂ ਦੇਖਿਆ ਮੰਦਰਾਂ ਦੇ ਵਿੱਚ ਰੌਣਕਾਂ ਨੇ, ਔਰ ਜਿੱਥੇ ਅੱਜ ਦੁਸਹਿਰੇ ਦੀ ਜਿਹੜੀ ਪਹਿਲੀ ਰਾਮਲੀਲਾ ਦੀ ਪਹਿਲੀ ਨਾਈਟ ਦਾ ਅੱਜ ਉਦਘਾਟਨ ਕਰਨ ਵਾਸਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਦੇ ਨਾਲ ਪਹੁੰਚੇ ਹਾਂ, ਕਿਉਂਕਿ ਤੁਸੀਂ ਦੇਖਿਆ ਕਿ ਸਰਵਣ ਦਾ ਰੋਲ ਤੁਸੀਂ ਹੁਣੇ ਦੇਖ ਰਹੇ ਸੀ ਬਖੂਬੀ, ਕਿ ਕਿਸ ਤਰ੍ਹਾਂ ਆਪਣੇ ਅੰਧੇ ਮਾਂ ਬਾਪ ਦੀ ਜਿਹੜੀ ਉਹ ਸੇਵਾ ਕਰਨ ਦਾ ਜਿਹੜਾ ਪ੍ਰਣ ਉਸ ਵੀਰ ਨੇ ਲਿਆ। ਆਪਾਂ ਇਸ ਤੋਂ ਸਾਨੂੰ ਰਾਮਲੀਲਾ ਤੋਂ ਸਿੱਖਿਆ ਔਰ ਸੇਧ ਲੈ ਕੇ ਸਾਨੂੰ ਚੱਲਣਾ ਚਾਹੀਦਾ ਤਾਂ ਜੋ ਅਸੀਂ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕੀਏ। ਸਾਡੀ ਅੱਜ ਦੀ ਪਹਿਲੀ ਨਾਈਟ ਸ਼ਰਵਣ ਨਾਈਟ, ਜੋ ਕਿ ਇਹ ਸਿੱਖਿਆ ਦਿੰਦੀ ਹੈ ਕਿ ਔਲਾਦ ਨੂੰ ਮਾਂ ਪਿਓ ਦੇ ਪ੍ਰਤੀ ਕਿਸ ਤਰ੍ਹਾਂ ਸਮਰਪਿਤ ਹੋਣਾ ਚਾਹੀਦਾ ਹੈ, ਉਹਨਾਂ ਕਿਸ ਤਰ੍ਹਾਂ ਆਗਿਆਕਾਰੀ ਹੋਣਾ ਚਾਹੀਦਾ ਹੈ। ਅਗਰ ਸਮਾਜ ਦੇ 100 ਆਦਮੀਆਂ ਵਿੱਚੋਂ 15 ਆਦਮੀ ਵੀ ਸ਼ਰਵਣ ਦੇ ਰਾਹ ਦੇ ਚੱਲ ਪੈਣ ਤੇ 100 ਘਰਾਂ ਜੋ 15 ਘਰ ਸ਼ਰਵਣ ਦੇ ਘਰ ਬਣ ਜਾਣਗੇ, ਤਾਂ ਮੈਂ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਆਓ ਰਾਮਲੀਲਾ ਦੇ ਹਰ ਪਾਤਰ ਤੋਂ ਕੁਛ ਨਾ ਕੁਛ ਸਿੱਖਿਆ ਲਈਏ। ਜੈ ਸ਼੍ਰੀ ਰਾਮ। ਦੇਖੋ ਜੀ, ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਇੱਕ ਨਵਰਾਤਿਆਂ ਦਾ ਵੀ ਤਿਉਹਾਰ ਦੀ ਅੱਜ ਸ਼ੁਰੂਆਤ ਹੋਈ ਹੈ। ਤੁਸੀਂ ਦੇਖਿਆ ਮੰਦਰਾਂ ਦੇ ਵਿੱਚ ਰੌਣਕਾਂ ਨੇ, ਔਰ ਜਿੱਥੇ ਅੱਜ ਦੁਸਹਿਰੇ ਦੀ ਜਿਹੜੀ ਪਹਿਲੀ ਰਾਮਲੀਲਾ ਦੀ ਪਹਿਲੀ ਨਾਈਟ ਦਾ ਅੱਜ ਉਦਘਾਟਨ ਕਰਨ ਵਾਸਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਦੇ ਨਾਲ ਪਹੁੰਚੇ ਹਾਂ, ਕਿਉਂਕਿ ਤੁਸੀਂ ਦੇਖਿਆ ਕਿ ਸਰਵਣ ਦਾ ਰੋਲ ਤੁਸੀਂ ਹੁਣੇ ਦੇਖ ਰਹੇ ਸੀ ਬਖੂਬੀ, ਕਿ ਕਿਸ ਤਰ੍ਹਾਂ ਆਪਣੇ ਅੰਧੇ ਮਾਂ ਬਾਪ ਦੀ ਜਿਹੜੀ ਉਹ ਸੇਵਾ ਕਰਨ ਦਾ ਜਿਹੜਾ ਪ੍ਰਣ ਉਸ ਵੀਰ ਨੇ ਲਿਆ। ਆਪਾਂ ਇਸ ਤੋਂ ਸਾਨੂੰ ਰਾਮਲੀਲਾ ਤੋਂ ਸਿੱਖਿਆ ਔਰ ਸੇਧ ਲੈ ਕੇ ਸਾਨੂੰ ਚੱਲਣਾ ਚਾਹੀਦਾ ਤਾਂ ਜੋ ਅਸੀਂ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕੀਏ। ਸਾਡੀ ਅੱਜ ਦੀ ਪਹਿਲੀ ਨਾਈਟ ਸ਼ਰਵਣ ਨਾਈਟ, ਜੋ ਕਿ ਇਹ ਸਿੱਖਿਆ ਦਿੰਦੀ ਹੈ ਕਿ ਔਲਾਦ ਨੂੰ ਮਾਂ ਪਿਓ ਦੇ ਪ੍ਰਤੀ ਕਿਸ ਤਰ੍ਹਾਂ ਸਮਰਪਿਤ ਹੋਣਾ ਚਾਹੀਦਾ ਹੈ, ਉਹਨਾਂ ਕਿਸ ਤਰ੍ਹਾਂ ਆਗਿਆਕਾਰੀ ਹੋਣਾ ਚਾਹੀਦਾ ਹੈ। ਅਗਰ ਸਮਾਜ ਦੇ 100 ਆਦਮੀਆਂ ਵਿੱਚੋਂ 15 ਆਦਮੀ ਵੀ ਸ਼ਰਵਣ ਦੇ ਰਾਹ ਦੇ ਚੱਲ ਪੈਣ
ਤੇ 100 ਘਰਾਂ ਜੋ 15 ਘਰ ਸ਼ਰਵਨ ਦੇ ਘਰ ਬਣ ਜਾਣਗੇ। ਤਾਂ ਮੈਂ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਆਓ ਰਾਮਲੀਲਾ ਦੇ ਹਰ ਪਾਤਰ ਤੋਂ ਕੁਛ ਨਾ ਕੁਛ ਸਿੱਖਿਆ ਲਈਏ। ਜੈ ਸ਼੍ਰੀ ਰਾਮ।